ਜੀ ਸਲਾਮ ਵਾਲੇਕਮ ਦੋਸਤੋ ਆਪਣਾ ਚੈਨਲ ਪੀਕੇ YouTube ਚੈਨਲ ਚ ਕੋ ਸ਼ਾਮ ਦੀ ਦੋਸਤੋ ਕਾਫੀ ਭਾਈ ਕਮੈਂਟਸ ਕਰ ਰਹੇ ਸੀ ਕਿ ਮਿਲਰ ਟਰੈਕਟਰ ਦੀ ਤਰਫੋਂ ਨਵਾਂ ਨੋਟੀਫਿਕੇਸ਼ਨ ਆਇਆ ਕਾਫੀ ਭਾਈ ਕਾਲ ਵਗੈਰਾ ਵੀ ਕਰ ਰਹੇ ਨੇ ਕਿ ਆਇਆ ਕਿ ਇਹਦਾ ਕੀ ਹਿਸਾਬ ਕਿਤਾਬ ਹੈ ਥੋੜੀ ਡਿਟੇਲ ਵਗੈਰਾ ਦਿਓ ਇਹ ਨੋਟੀਫਿਕੇਸ਼ਨ ਤੁਹਾਨੂੰ ਮੈਂ ਉردو ਜੀ ਟ੍ਰਾਂਸਲੇਟ ਕਰਕੇ ਵੀ ਸੁਣਾ ਲੇਨਾ ਬਾਕੀ ਮੈਂ ਥੋੜੀ ਜੀ ਮੁਖਸਸ ਜਿਹੇ ਤੇ ਗੱਲ ਕਰਾਂਗਾ ਕਿ ਜਿਹੜੇ ਇਹਦੇ ਵਿੱਚ ਉਹਨਾਂ ਨੇ ਪੁਆਇੰਟ ਵਗੈਰਾ ਰੱਖੇ ਨੇ ਇਹਦੇ ਵਿੱਚ ਇਹ ਹੈਗੇ ਸੁਣਨ ਜੀ ਤੁਹਾਨੂੰ ਮੈਂ ਜਸਨਾ ਕੇ ਅਪਡੇਟ ਵਗੈਰਾ ਪਹਿਲਾਂ ਦਿੱਤੀ ਸੀ ਕਿ ਹਕੂਮਤ ਜਿਹੜੀ ਹੈ ਸੁਣਨ ਜਾ ਰਿਹਾ ਕਿ ਟੈਕਸ ਵਗੈਰਾ ਲਗਾਉਣ ਜਾ ਰਹੀ ਆ ਆਈਐਮਐਫ ਆਈਐਮਐਫ ਦੇ ਕਹਿਣ ਦੇ ਉੱਤੇ ਤੇ ਅਗਰ ਟੈਕਸ ਵਗੈਰਾ ਲੱਗਦਾ ਵਾ ਤੇ ਟਰੈਕਟਰ ਜਿਹੜਾ ਜ਼ੜਾ ਹੈ ਕਿ 4 ਤੋਂ 5 ਲੱਖ ਰੁਪਏ ਤੱਕ ਮਹਿੰਗਾ ਹੋ ਸਕਦਾ ਤੇ ਇਸੇ ਡਰ ਤੋਂ ਭਾਈ ਮਿਲਰ ਟਰੈਕਟਰ ਨੇ ਵੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਕਿ ਆਇਆ ਕਿ ਜਿਹੜੇ ਵੀ ਬੰਦੇ ਬੁਕਿੰਗ ਵਗੈਰਾ ਕਰਵਾ ਰਹੇ ਨੇ ਇਸ ਡਰ ਤੋਂ ਕਿ ਸੁਣਨ ਜਾ ਰਿਹਾ ਕਿ ਟਰੈਕਟਰ ਦੀਆਂ ਕੀਮਤਾਂ ਵੱਧ ਜਾਣੀਆਂ ਨੇ ਟੈਕਸ ਵਗੈਰਾ ਲੱਗ ਜਾਣਾ ਹੈ ਦੇ ਮਿਲਰ ਡਾਇਰੈਕਟਰ ਨੇ ਵੀ ਭਾਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਕਿ ਜਿਹੜੇ ਵੀ ਜ਼ਿੰਮੇਦਾਰ ਹੁਣ ਬੁਕਿੰਗ ਵਗੈਰਾ ਕਰਵਾ ਰਹੇ ਨੇ ਉਹਨਾਂ ਨੂੰ ਦੱਸ ਦੇ ਜਾਈਏ ਉਹਨਾਂ ਕੋ ਬਿਆਨਨੇ ਹਲਫੀ ਲਖਾ ਰਹੇ ਨੇ ਬਕਾਇਦਾ ਤੌਰ ਤੇ ਕਿ ਆਇਆ ਕਿ ਅਗਰ ਹਕੂਮਤ ਪਾਕਿਸਤਾਨ ਜਿਹੜੀ ਹੈ ਆ ਜਿਹੜਾ ਬਜਟ ਆਉਣ ਲੱਗਾ ਹੈ 7 ਜੂਨ ਨੂੰ ਬਜਟ ਦਾ ਐਲਾਨ ਹੋਣਾ ਹੈ ਸੁਣਾਇਆ ਜਾਏਗਾ ਉਹਦੇ ਵਿੱਚ ਅਗਰ ਇਹਦੇ ਉੱਤੇ ਟਰੈਕਟਰ ਦੇ ਉੱਤੇ ਟੈਕਸ ਵਗੈਰਾ ਲੱਗਦਾ ਹੈ ਟੈਕਸ ਟੈਕਸ ਦੀ ਮਾਦ ਦੇ ਵਿੱਚ ਇਹਦੀਆਂ ਕੀਮਤਾਂ ਵੀ ਵਧ ਸਕਦੀਆਂ ਨੇ ਠੀਕ ਹੈ اگر قیمت وغیرہ ਵਧ ਜਾਂਦੀ ਏ ਤੇ ਜਿਹਨੇ ਵੀ ਜ਼ਿੰਮੇਦਾਰ ਨੇ بکنگ وغیرہ ਕਰਵਾਇਆ ਵਾ ਡਰਾਈਵਰ ਨੂੰ ਅਜੇ ਤੱਕ ਡਿਲੀਵਰੀ وغیرہ ਨਾ ਮਿਲੀ ਹੋਈ ਹੋ ਤੱਕ ਤੇ ਉਹਨੂੰ ਬਾਅਦ ਹੀ ਮਜ਼ੀਦ ਰਕਮ 페 ਕਰਨੀ ਪਵੇਗੀ ਉਸ ਤੋਂ ਬਾਅਦ ਹੀ ਉਹਨੂੰ ਡਿਲੀਵਰੀ وغیرہ ਮਿਲੇਗੀ ਇਹ ਤਕਰੀਬਨ ਪਹਿਲੀ ਦਫਾ ਹੀ ਮੈਂ ਆਇਆ ਹੀ ਇਹੋ ਜਿਹਾ ਨੋਟੀਫਿਕੇਸ਼ਨ ਨਹੀਂ ਤੇ ਮਿਲਦੇ ਪਹਿਲਾਂ ਤਕਰੀਬਨ ਕੀਮਤਾਂ ਬੜੀ ਦਫਾ ਜ਼ਿਆਦਾ ਹੋਈਆਂ ਨੇ ਲੇਕਿਨ ਕੰਪਨੀ ਨੇ 1 ਰੁਪਇਆ ਵੀ ਚਾਰਜ ਨਹੀਂ ਕੀਤਾ ਬਾਕੀ ਇਹ ਹੈ ਜੀ ਹੁਣ ਜਿਹੜਾ ਟੈਕਸ ਵਗੈਰਾ ਲੱਗਣਾ ਫਿਰ ਉਹਨਾਂ ਨੂੰ ਟੈਕਸ ਦੇਣਾ ਪੈਣਾ ਮੈਂ ਸਾਰਾ ਪਾਰਟ ਉਸ ਦੇ ਹਿਸਾਬ ਨਾਲ ਫਿਰ ਕੰਪਨੀ ਨੇ ਕਿਹਾ ਜੀ ਜਿੰਨਾ ਵੀ ਸਾਨੂੰ ਮਜ਼ੀਦ ਟੈਕਸ ਵਗੈਰਾ ਲੱਗੇਗਾ ਕੀਮਤ ਵਜੇਗੀ ਤੇ ਉਹ ਤੁਹਾਨੂੰ ਪੇ ਕਰਨਾ ਪਏਗਾ ਤੇ ਬਾਕੀ ਗੱਲ ਪਤਾ ਕੀ ਹੈ ਹੁਣ ਜਿਹੜੇ ਵੀ ਜ਼ਿੰਮੇਦਾਰ ਨੇ ਟਰੈਕਟਰ ਵਗੈਰਾ ਬੁੱਕ ਵਗੈਰਾ ਕਰਵਾਉਣਾ ਮੈਂ ਤੁਹਾਨੂੰ ਇਹ ਮਸ਼ਵਰਾ ਦਿਆਂਗਾ لازਮੀ ਤੌਰ ਤੇ ਬੁਕਿੰਗ ਦੇ ਤਰਫ ਤੇ ਜਾਓ ਇਨਾਨ ਜਿਹੜੇ ਵੀ ਜ਼ਿੰਮੇਦਾਰ ਨੇ ਲੈਣਾ ਵਾ ਤੁਹਾਨੂੰ ਮੈਂ ਕੋਸ਼ਿਸ਼ ਤੇ ਜਿਹੜੇ ਵੀ ਜ਼ਿੰਮੇਦਾਰ ਨੇ ਡਾਇਰੈਕਟਰ ਵਗੈਰਾ ਲੈਣਾ ਮੈਂ ਥੋੜੀ ਕੰਪਨੀ ਨਹੀਂ ਜਾਣਾ ਤੁਸੀਂ ਮਾਰਕੀਟ ਆਣਾ ਮਾਰਕੀਟ ਵਿਜ਼ਿਟ ਕਰੋ ਯਾਨੀ ਕਿ ਬੁਕਿੰਗ ਰੇਟ ਤੋਂ ਵੀ ਥੱਲੇ ਡਾਇਰੈਕਟਰ ਸੇਲ ਹੁੰਦਾ ਪਿਆ ਮੌਕੇ ਦਾ ਫਾਇਦਾ ਉਠਾਓ ਜਿਹੜੇ ਜ਼ਿੰਮੇਦਾਰ ਨੇ ਮੈਂ ਖਰੀਦਾਰੀ ਵਗੈਰਾ ਕਰਨੀ ਹੈ ਬੁਕਿੰਗੇਂ ਤਰਫ ਨਹੀਂ ਜਾਣਾ ਚੁੱਪ ਕਰਕੇ ਮਾਰਕੀਟ ਆਉਣਾ ਹੈ ਕੰਟਰੋਲ ਰੇਟ ਤੋਂ ਵੀ ਥੱਲੇ ਡਾਇਰੈਕਟਰ ਵਗੈਰਾ ਸੇਲ ਹੋ ਰਹੇ ਨੇ ਤੇ ਇਹ ਕੋਈ ਨਾ ਕੋਈ ਚੰਨ ਝਾੜ ਦੇਣਾ ਕੰਪਨੀ ਨੇ ਤੇ ਤੁਹਾਨੂੰ ਇਹ ਮੇਰਾ مشورہ ਹੈ ਕਿ ਜਿਹੜੇ ਵੀ ਜ਼ਿੰਮੇਦਾਰ ਨੇ ਟਰੈਕਟਰ ਦੀ ਖੇੜਦਾਰੀ ਵਗੈਰਾ ਕਰਨੀ ਹੈ ਫੋਰੀ ਮਾਰਕੀਟ ਦਾ ਵਿਜ਼ਿਟ ਕਰੇ ਕੰਪਨੀ ਜਾਣ ਦੀ ਲੋੜ ਕੋਈ ਨਹੀਂ ਗੀ ਐਵੇਂ ਤੁਸੀਂ ਬੁਕਿੰਗ ਕਰਵਾ ਬਟ ਉਹ ਤੇ ਕੰਪਨੀ ਕੇ 15 ਦਿਨਾਂ ਬਾਅਦ ਮਿਲੇਗਾ 20 ਦਿਨਾਂ ਬਾਅਦ ਮਿਲੇਗਾ ਉਹਦੋਂ ਬਿਹਤਰ ਹੈ ਚੁੱਪ ਕਰਕੇ ਮਾਰਕੀਟ ਆਓ ਆਪਣੇ ਮਰਜ਼ੀ ਦਾ ਟਰੈਕਟਰ ਪਸੰਦ ਕਰੋ ਆਰ ਸ਼ਾਇ ਚੱਕ ਚੁੱਕ ਕਰੋ ਮਰਜ਼ੀ ਦਾ ਪਸੰਦ ਕਰੋ ਤੇ ਚੁੱਪ ਕਰਕੇ ਮਾਰਕੀਟ ਤੋਂ ਤੁਸੀਂ ਟਰੈਕਟਰ ਲਵੋ ਮਾਰਕੀਟ ਦੇ ਵਿੱਚ 240 ਹੋਵੇ 260 ਹੋਵੇ 385 ਹੋਵੇ 385 ਡਿਲਕਸ ਹੋਵੇ 260 ਡਿਲਕਸ ਹੋਵੇ ਸਾਰੇ ਮਾਡਲ ਜਿਹੜੇ ਨੇ ਹਾਜ਼ਰ ਸਟਾਕ ਤੇ ਕੰਪਨੀ ਰੇਟ ਤੋਂ ਯਾਨੀ ਕਿ ਜਿਹੜਾ ਇਹਦਾ ਬੁਕਿੰਗ ਰੇਟ ਹੈ ਬੁਕਿੰਗ ਰੇਟ ਤੋਂ ਵੀ ਥੱਲੇ ਮਾਰਕੀਟ ਦੇ ਵਿੱਚ ਸੇਲ ਹੋ ਰਿਹਾ 385 ਜਿਹੜਾ ਸਾਦਾ ਹੈ 3465000 ਰੁਪਏ ਦਾ ਬੁਕਿੰਗ ਰੇਟ ਬੁੱਕ ਕਰਵਾਗੇ ਤੇ 3465000 ਤੁਹਾਨੂੰ ਮਿਲਣਾ ਤੇ ਬਾਹਰੋਂ ਲਵੋਗੇ ਤੇ 3450 ਦਾ ਵੀ ਮਿਲ ਜੇਗਾ ਉਹੀ ਫਰੈਸ਼ ਪੀਸ ਤੇ ਬਿਲਕੁਲ ਪਸੰਦੀ ਹਰ ਸ਼ਾਇਦ ਹੋਈ ਚੈੱਕ ਵਗੈਰਾ ਕਰਨੀ ਹੈ ਇਸ ਤਰ੍ਹਾਂ ਡਿਲਕਸ ਜਿਹੜਾ ਵਾ 760000 ਰੁਪਏ ਬੁਕਿੰਗ ਰੇਟ ਹੈ ਮਾਰਕੀਟੋਂ ਲਵੋਗੇ ਤਕਰੀਬਨ ਉਹ ਵੀ 3755 3750 ਤੱਕ ਵੀ ਮਿਲ ਜੇਗਾ ਤੁਹਾਨੂੰ ਠੀਕ ਹੈ ਸਾਰੇ ਜਿਹੜੇ ਮਾਡਲ ਨੇ तकरीबन 10 ਤੋਂ 15000 ਰੁਪਏ ਬੁਕਿੰਗ ਰੇਟ ਤੋਂ ਥੱਲੇ ਸੇਲ ਹੋ ਰਹੇ ਨੇ